ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੂਨ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਸਾਰਿਆਂ ਨੂੰ ਦੱਸਦੀ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਸਨ ਕਰੋਨਾ ਮਹਾਂਮਾਰੀ ਦੇ ਪੱਧੇ ਪ੍ਰਭਾਵ ਕਰਕੇ ਦੁਬਾਰਾ ਮੁੜ ਤੋਂ ਬੰਦ ਕਰ ਦਿੱਤੇ ਗਏ ਹਨ ਪੂਰੀ ਵੀਡੀਓ ਤੇ ਨਾਲ ਦੇਖੋ ਅਸੀਂ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗੇ ਕਿ ਸਕੂਲ ਕਿਉਂ ਬੰਦ ਕਰ ਦਿੱਤੇ ਗਏ ਹਨ ਅਤੇ ਇਹ ਦੁਬਾਰਾ ਕਦੋਂ ਖੁੱਲਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ 82 ਸਕੂਲ ਬੰਦ ਰਹਿਣਗੇ ਪਰੰਤੂ 10ਵੀਂ ਤੇ 12ਵੀਂ ਕਲਾਸ ਜਿਹੜੀ ਇਹਨਾਂ ਦੋਹੇ ਕਲਾਸਾਂ ਦੀ ਜਮਾਤਾਂ ਜਿਹੜੀਆਂ ਉਹ ਲੱਗਣੀਆਂ ਅਤੇ ਬਾਕੀ ਕਲਾਸਾਂ ਦੇ ਵੀ ਪੀਪਰ ਵਾਲੇ ਦਿਨ ਜਿਹੜਾ ਸਕੂਲ ਜ਼ਰੂਰ ਲੱਗੇਗਾ ਪੀਪਰ ਕੋਈ ਆਫਲਾਈਨ ਹੀ ਹੋਣਗੇ ਆਨਲਾਈਨ ਨਹੀਂ ਹੋਣਗੇ ਬਾਕੀ ਸਾਰੀਆਂ ਜਮਾਤਾਂ ਜਿਹੜੀਆਂ ਉਹਨਾਂ ਦਾ ਪੀਪਰ ਵਾਲੇ ਦਿਨ ਜਿਹੜਾ ਸਕੂਲ ਹੈ ਉਹ ਜ਼ਰੂਰ ਲੱਗੇਗਾ ਅਤੇ ਜਿੰਨੇ ਵੀ ਟੀਚਰ ਨੇ ਸਕੂਲ ਵਿੱਚ ਉਹ ਸਾਰੇ ਦੇ ਸਾਰੇ ਸਕੂਲ ਵਿੱਚ ਸਕੂਲ ਦੇ ਸਮੇਂ ਦੌਰਾਨ ਹਾਜ਼ਰ ਰਹਿਣਗੇ ਉਹਨਾਂ ਲਈ ਕੋਈ ਛੁੱਟੀ ਨਹੀਂ ਹੈ ਹੁਣ ਤੁਸੀਂ ਆਪਣੇ ਸਕਰੀਨ ਉੱਤੇ ਜਿਹੜੀ ਅੱਜ ਦੀ ਹੈ ਨਿਊਜ਼ਪੇਪਰ ਵਿੱਚ ਖਬਰ ਆਈ ਹੈ ਇਹ ਦੇਖ ਸਕਦੇ ਹੋ ਅਜੀਤ ਖੁਬਰ ਦੀ ਖਬਰ ਹੈ ਕੱਲ ਰਾਤ ਤੋਂ ਹੀ ਨਿਊਜ਼ ਵਿੱਚ ਖਬਰ ਆਉਣ ਲੱਗੀ ਸੀ ਕਿ ਕਰੋਨਾ ਕਾਰਨ ਪੰਜਾਬ ਦੇ ਸਕੂਲ ਨੇੜੇ ਮੁੜਵੰਦ ਕਰ ਦਿੱਤੇ ਗਏ ਹਨ ਅਧਿਆਪਕ ਹਾਜ਼ਰ ਰਹਿਣਗੇ ਅਤੇ ਕੇਵਲ 10ਵੀਂ ਤੇ 12ਵੀਂ ਦੀਆਂ ਜਮਾਤਾਂ ਜਿਹੜੀਆਂ ਉਹ ਸਕੂਲ ਵਿੱਚ ਲੱਗਣਗੀਆਂ ਠੀਕ ਹੈ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਨੂੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਉਪਰੰਤ ਡੀਪੀਆਈ ਸੁਖਜੀਤਪਾਲ ਸਿੰਘ ਨੂੰ ਪ੍ਰਾਈਵੇਟ ਐਡਿਟਿਟੇ ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਸੰਬੰਧੀ ਨਮੀਆਂ ਹਦਾਇਤਾਂ ਜਿਹੜੀਆਂ ਉਹ ਜਾਰੀਆਂ ਕੀਤੀਆਂ ਗਈਆਂ ਹਨ ਜਿਸ ਅਨੁਸਾਰ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਗਈਆਂ ਹਨ ਇਸ ਸੰਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਤੇ ਪ੍ਰਾਈਵੇਟ ਐਡਿਟ ਤੇ ਸਰਕਾਰੀ ਸਮੂਹ ਸਕੂਲਾਂ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਨੂੰ ਵਿਚਾਰਨ ਉਪਰੰਤ ਕਰੋਨਾ ਸੰਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਪਰ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਤਿਆਰੀ ਲੋੜ ਅਨੁਸਾਰ ਅਧਿਆਪਕਾਂ ਕੋਲੋਂ ਦਿਸ਼ਾ ਨਿਰਦੇਸ਼ ਲੈਣ ਲਈ ਸਕੂਲ ਹਾਜ਼ਰ ਹੋ ਸਕਦੇ ਹਨ ਜਦੋਂ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਕਲਾਸਾਂ ਉਹ ਲੱਗਣਗੀਆਂ ਵਿਭਾਗ ਨੇ ਕਿਹਾ ਕਿ ਸਾਰੀਆਂ ਜਮਾਤਾਂ ਦੇ ਇਮਤਿਹਾਨ ਆਫਲਾਈਨ ਹੀ ਲਏ ਜਾਣਗੇ ਕੋਈ ਵੀ ਇਮਤਿਹਾਨ ਜਿਹੜਾ ਆਨਲਾਈਨ ਨਹੀਂ ਹੋਵੇਗਾ ਇਮਤਿਹਾਨਾਂ ਦੌਰਾਨ ਸਕੂਲਾਂ ਵਿੱਚ ਭੀੜ ਆਦੀ ਨਾ ਹੋਵੇ ਜਿੱਥੇ ਕਿਤੇ ਅਧਿਆਪਕ ਵਿਦਿਆਰਥੀ ਕੋਰੋਨਾ ਪ੍ਰਭਾਵਿਤ ਪਾਏ ਜਾਂਦੇ ਹਨ ਤਾਂ ਸਕੂਲ ਨੂੰ ਕਰੋਨਾ ਸਬੰਧੀ ਜ਼ਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਤੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤਾਂ ਇਹਨਾਂ ਛੁੱਟੀਆਂ ਦਾ ਕੀ ਮਤਲਬ ਰਹਿ ਜਾਂਦਾ ਹੈ ਕਰੋਨਾ ਦੇ ਵਾਧੇ ਵੱਧ ਰਹੇ ਮਾਮਲਿਆਂ ਕਾਰਨ ਸੂਬੇ ਵਿੱਚ ਹੁਣ ਤੱਕ 8 ਜ਼ਿਲ੍ਹੇ ਜਲੰਧਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਨਵਾਂ ਸ਼ਹਿਰ ਅਤੇ ਕਪੂਰਥਲਾ ਵਿਖੇ ਪਹਿਲਾਂ ਹੀ ਰਾਤ ਦਾ ਜਿਹੜਾ ਕਰਫਿਊ ਉਹ ਲਗਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇਸ ਵਿੱਚ ਹੋਰ ਦੱਸ ਦਈਏ ਤੁਹਾਨੂੰ ਇਮਤਿਹਾਨ ਜਿਹੜੇ ਨਿਰਧਾਰਿਤ ਡੇਟਸ਼ੀਟ ਅਨੁਸਾਰ ਹੀ ਹੋਣਗੇ ਇਹ ਸ਼ਿਂਗਲਾ ਜੀ ਨੇ ਕਿਹਾ ਹੈ ਠੀਕ ਹੈ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਨੇ ਦੱਸਿਆ ਕਿ ਇਮਤਿਹਾਨ ਨਿਰਧਾਰਿਤ ਡੇਟਸ਼ੀਟ ਅਨੁਸਾਰ ਹੀ ਹੋਣਗੇ ਪੰਜਾਬ ਦੀਆਂ ਸਲੈਨਾ ਪ੍ਰੀਖਿਆਵਾਂ 16 ਮਾਰਚ ਤੋਂ 8ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 22 ਮਾਰਚ ਅਤੇ 10ਵੀਂ ਦੀਆਂ ਪ੍ਰੀਖਿਆਵਾਂ ਜਿਹੜੀਆਂ ਉਹ 9 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਗੈਰ ਬੋਰਡ ਜਮਾਤਾਂ ਵਿੱਚ 6ਵੀਂ 7ਵੀਂ 9ਵੀਂ ਅਤੇ 11ਵੀਂ ਦੇ ਪੇਪਰ ਜਿਹੜੇ 15 ਮਾਰਚ ਤੋਂ ਜਿਹੜੇ ਲੈ ਜਾਣੇ ਹਨ ਠੀਕ ਹੈ ਪਹਿਲੀ ਦੇ ਚੌਥੀ ਜਮਾਤ ਦੀ ਪ੍ਰੀਖਿਆ ਮੈਂ ਜਿਹੜੀ ਹੈ ਉਹ 17 ਮਾਰਚ ਤੋਂ ਸ਼ੁਰੂ ਹੋਣੀ ਹੈ ਠੀਕ ਹੈ ਤੁਸੀਂ ਸਾਰੇ ਨੋਟ ਕਰ ਲਿਓ ਕਿਹੜੀ ਕਿਹੜੀ ਜਮਾਤ ਦੇ ਤੁਹਾਡੇ ਐਗਜ਼ਾਮ ਹਨ ਇਹਨਾਂ ਨੇ ਤਰੀਕਾ ਨੂੰ ਸ਼ੁਰੂ ਹੋਣੇ ਹਨ ਇਸ ਤੋਂ ਇਲਾਵਾ ਇਸੇ ਤਰ੍ਹਾਂ ਦੇ ਹੋਰ ਅਪਡੇਟ ਤੇ ਇਨਫੋਰਮੇਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ